सिंह सरकार ने प्रधानमंत्री मत्स्य किसान समृद्धि योजना की सहयोजना बैडस दूरसचार स्पैक्ट्रम की नीलामी की मंजूरी दे दी है संसद ने पानी के संरक्षण प्रदूषण नियंत्रण संबंधी संशोधन बिल की पास कर है। ਵਿਦੇਸ਼ ਮੰਤਰੀ ਡਾਕਟਰ ਐਚ ਐਸ਼ ਸ਼ੰਕਰ ਹੋਰ ਭਾਰਤੀ ਚ ਸਤਵੇਂ ਹਿੰਦ ਮਹਾਸਾਗਰ ਸੰਮੇਲਨ ਦੇ ਉਦਘਾਟਨੀ ਇਜਲਾਸ ਦੀ ਸੰਬੋਧਿਤ ਕਰਗਨ ਪਾਕਿਸਤਾਨ ਦੇ ਸੰਸਦੀ ਚੋਣਾਂ ਕਿਤੇ ਵੋਟੇ ਦੀ ਗਿਣਤੀ ਅਜੇ ਜਾਰੀ ਹੈ ਤੇ ਅੰਡਰ 19 ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਨੇ ਦੂਏ ਸੈਮੀਫਾਈਨਲ ਵਿੱਚ ਪਾਕਿਸਤਾਨ ਦੀ ਇੱਕ ਵਿਕਟ ਕਨੇ ਰਾਇਆ ਫਾਈਨਲ ਚ ਆਸਟ੍ਰੇਲੀਆ ਦਾ ਮੁਕਾਬਲਾ ਭਾਰਤ ਕੰਨੇ ਤੱਕ ਅਫਰੀਕਾ ਵਿੱਚ ਤਾਰੇ ਖੇਡਿਆ ਜਾਗ ਤੋਂ ਖਬਰਾਂ ਤੋਂ ਸੀ ਕੇਂਦਰੀ ਮੰਤਰੀ ਮੰਡਲ ਨੇ ਮੱਛਲੀ ਪਾਲਣ ਖੇਤਰ ਲਈ प्रधानमंत्री मत्स्य संपदा योजना तहत एक और योजना प्रधानमंत्री मत्स्य किसान समृद्धि सह योजना की मंजूरी दी ये संबोधित कर दी केंद्रीय मंत्री अनुराग सिंह ठाकुर और जे इस योजना लिए अगले चौं ब छ हजार करोड़ मंजूर किए उख्या त्रै हजार करोड़ रुपए सार्वजनिक क्षेत्र सव कि जागन विश्व बैंक ਤੇ एएफडीबी ਸ਼ਾਮਲ ਹੈ ਜਦਕਿ ਬਾਕੀ ਦੀ 50% ਰਾਸ਼ੀ ਨਿੱਜੀ ਖੇਤਰ ਦੇ ਲਾਭਾਰਤੀ ਸੰਭਾ ਕੀ ਠੀਕੇ ਤਿਜਾਗ ਸ਼੍ਰੀ ਠਾਕੁਰ ਹੋ ਰਿਹਾ ਹੈ ਜੇ ਇਸ ਪੈਲ ਕਦਮੀ ਕਨੇ 6,40,000 ਲੋਕੇ ਉਦਯੋਗੇ ਤੇ ਮਛਲੀ ਪਾਲਨ ਕਨੇ ਸਰਵੰਦੀ 5,500 ਸਹਿਕਾਰੀ ਤਾਂ ਗਈ ਮਦਹਾਦੋਗ ਕੇਂਦਰੀ ਮੰਤਰੀ ਮੰਡਲ ਨੇ ਸਪੈਕਟਰਮ ਨਿਲਾਮੀ ਆਯੋਜਿਤ ਕਰ ਦੇ ਆਸਤੇ दूरसंचार विभाग दे एक प्रस्ताव की मंजूरी दे दी है जाए दूरसंचार सेवा प्रदान करने आसे। सफल बोलिदाताए स्पेक्ट्रम सौंपे जाग आधिकारिक बयान च आख्या गया है बादू स्पेक्ट्रम स उपभोक्ताएस दूरसंचार सेवाएं ते चुधार च एदाया गया है नीलामी अट्ठ सौ मेगाहाटस नौ सौ मेघाहटस अठारह सौ मेघाहटस इक्की 2500 ਮੈਗਾਹਰਟਸ 3300 ਮੈਗਾਹਰਟਸ ਤੇ 2600 ਗੀਗਾਹਰਟਸ ਫ੍ਰੀਕਵੈਂਸੀ ਬੈਂਡ ਵਿੱਚ ਸਪੈਕਟ੍ਰਮ ਆਸਤੇ ਆਯੋਜਿਤ ਕੀਤੀ ਜਾਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕੇਂਦਰੀ ਮੰਤਰੀ ਮੰਡਲ ਆਸਿਆ ਲੈਤੇ ਗਏ ਦੇ ਕਈ ਫੈਸਲੇ ਦੀ ਇਹ ਆਖਦੇ ਹੋਏ ਸਰਾਹਨਾ ਕੀਤੀ ਹੈ ਜੇ ਰੇਲ ਪਰਿਯੋਜਨਾ ਦੀ ਮਨਜ਼ੂਰੀ ਤੋਂ ਨੇ ਕੰਨੇ ਮੂਲ ਢਾਂਚੇ ਦੀ ਬੜਾਵਾ ਥੋਗ ਵਿਅਸਤ ਰੋਟੇ ਉਪਰ ਆਵਾਜਾਈ ਘਟੋਗ ਸੰਪਰਕ ਤੇ ਕਾਰੋਬਾਰ ਚ ਸੁਧਾਰ ਹੋਗ ਸੋਸ਼ਲ ਮੀਡੀਆ ਪੋਸਟਾਂ ਸ਼੍ਰੀ ਮੋਦੀ ਹੋਰੇ ਆਖਿਆ ਜੇ ਮਛਲੀ ਪਾਲਣ ਤੇ ਪਾਣੀ ਕੰਨੇ ਸਰਬੰਦੀ ਮੂਲ ਢਾਂਚੇ ਦੇ ਵਿਕਾਸ ਕਿਤੇ ਫੰਡ ਵਿੱਚ ਵਾਧੇ ਕੰਨੇ ਇਸ ਖੇਤਰ ਕੰਨੇ ਜੁੜੇ ਦੇ ਲੋਕਾਂ ਦੀ ਫਾਇਦਾ ਹੋਗ ਤੇ ਸਰਬੰਦੀ ਮੂਲ ਢਾਂਚੇ ਚ ਸੁਧਾਰ ਹੋਗ ਉਹਨੇ ਆਖਿਆ ਜੇ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਿ ਯੋਜਨਾ ਦੀ ਮੰਤਰੀ ਮੰਡਲ ਆਸੇ ਮਨਜ਼ੂਰੀ ਤੋਂ ਨੇ ਕੰਨੇ ਮਛਲੀ ਪਾਲਣ ਖੇਤਰ ਖਾਸ ਕਰੀਏ ਇਸ ਖੇਤਰ ਕੰਨੇ ਜੁੜੇ ਦੇ ਲੋਕੇ ਭਲਿਆ ਲੋਕੇ ਤੇ ਦਰਮਿਆਨੇ ਉਦਯੋਗਾਂ ਦੀ ਬੜਾਵਾਤ ਹੋਗ संसद ने जल प्रदूषण की रोकथाम नियंत्रण संबंधी संशोधन बिल दो हजार चौबी पारित दिता है लोकसभा ने इसी कल मंजूर करी दलै कि राज्यसभा इसी पहले गया पास कर चुकी है यह विधेयक जल प्रदूषण की रोकथाम नियंत्रण अधिनियम उन्नीस सौ चुहत्तर च संशोधन अधिनियम जल प्रदूषण की रोकने ते नियंत्रित करने ते राज्य प्रदूषण नियंत्रण बोर्ड ਦੀ ਸਟਾਪ ਨਾ ਕਰਦਾ ਹੈ ਵਿਧੇਕ ਕੋਈ ਉਲੰਘਣ ਕੀ ਅਪਰਾਧੀ ਸ਼੍ਰੇਣੀ ਦਾ ਮਾਪ ਕਰਦਾ ਹੈ ਤੇ ਜੁਰਮਾਨਾ ਲਾਉਂਦਾ ਹੈ ਇਸ ਬਿੱਲ ਰੈ 10 ਥਾ 15000 ਰੁਪਏ ਦਾ ਜੁਰਮਾਨਾ ਲਾਇਆ ਜਾਇਆ ਜਾ ਸਕਦਾ ਹੈ ਜਿਹੜੇ ਨਿਯਮ ਦੀ ਖਿਲਾਫ ਵਰਤੀ ਕਰਦੇ ਨੇ ਸ਼ੁਰੂਆਤ ਵਿੱਚ ਇਹ ਵਿਧੇਕ ਹਿਮਾਚਲ ਪ੍ਰਦੇਸ਼ Rajasthan ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਉਪਰ ਲਾਗੂ ਹੋ ਗੇ ਇਸ ਅਧਿਨਿਯਮ ਤਹਿਤ ਰਾਜ ਸਰਕਾਰ ਰਾਜ ਪ੍ਰਦੂਸ਼ਣ ਨਿਯੰਤਰਣ ਬੋਰਡ ਆਸਤੇ ਇੱਕ ਅਧਿਅਕਸ਼ ਨਾਮਜ਼ਦ ਕਰਦੀ ਹੈ ਬਿੱਲ ਉਪਰ ਚਰਚਾ ਦਾ ਪਰਤਾ ਦਿੰਦੇ ਹੋਏ ਪਰਿਆਵਰਣ ਜੰਗਲਾਤ ਤੇ ਜਲਵਾਯੂ ਬਦਲਾਵ ਸਰਬੰਧੀ ਮੰਤਰੀ ਭੁਪੇਂਦਰ ਯਾਦਵ ਹੋਰੇ ਆਖਿਆ ਜੇ ਉਦਯੋਗਿਕ ਵਿਕਾਸ ਦੀ ਬੜਾਵਾ ਦੇਣੇ ਤੇ ਪਰਿਆਵਰਣ ਸੰਰਖਣ ਯਕੀਨੀ ਬਣਾਣੇ ਆਸਤੇ ਬਦਲਾਵ ਆਨੇ ਗਏ ਨ ਸੰਸਦ ਦੇ ਸੰਵਿਧਾਨ ਅਨੁਸੂਚਿਤ ਜਨਜਾਤੀ ਆਦੇਸ਼ ਵਿਧੇਇਕ 2024 ਤੇ ਸੰਵਿਧਾਨ ਅਨੁਸੂਚਿਤ ਜਾਤੀ ਤੇ ਜਨਜਾਤੀ ਆਦੇਸ਼ ਸੰਸ਼ੋਧਨ ਵਿਧੇਇਕ दो हजार चौबी पारित करी दिता है लोकसभा ने इ विधेयक की पारित कि की कि राज्यसभा इसी पहले मंजूर कर चुकी है लोकसभा चनजातीय मामलों की राज्यमंत्री भारती और पवर जे संविधान अनुसूचित जनजाति आदेश संशोधन विधेयक का मकसद आंध्र प्रदेश अनुसूचित जनजाति दी सूची में संशोधित करना है प्रदेश बोडोपोरजा खोड बोरजा कोंडा सवारस ਸਮੁਦਾਇ ਦੀ ਅਨੁਸੂਚਿਤ ਜਨਜਾਤੀ ਦੀ ਸੂਚੀ ਚ ਸ਼ਾਮਲ ਕੀਤਾ ਗਿਆ ਸੰਵਿਧਾਨ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਆਦੇਸ਼ ਸੰਸ਼ੋਧਨ ਵਿਧੇਇਕ ਦਾ ਮਕਸਦ ਓਡੀਸ਼ਾ ਵਿੱਚ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੀ ਸੂਚੀ ਚ ਸੰਸ਼ੋਧਨ ਕਰਨਾ ਹੈ ਸ਼੍ਰੀਮਤੀ ਪਵਾਰ ਹੋਰੇ ਆਖਿਆ ਜੇ ਨਰਿੰਦਰ ਮੋਦੀ ਹੁੰਦੀ ਅਗਵਾਈ ਵਾਲੀ ਸਰਕਾਰ ਜਨਜਾਤੀ ਇਹ ਲੋਕਾਂ ਦੇ ਕਲਿਆਣ ਆਸਤੇ ਬਚਨਬੱਧ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਪਰ ਸੁਣਾਰਦੇ ਹੋ दं दनी हिंद महासागर सम्मेलन का सत्मा संस्करण अजे थमास्ट्रेलिया की भर्त थरू हो वि विदेश मंत्री डॉ एस जयशंकर और श्रीलंका राष्ट्रपति रानिल विक्रम सिंह इस ह्मेलन के उदघाटनी इजल सं सम्बोधित करन एलावा आस्ट्रेलिया विदेश मंत्री वोंग ते सिंगापुर विदेश मंत्री डॉ विवियन बालाकृष्णन हो भी इस इजल संबोधित करगन हिंद महासागर सम्मेलन इस ਸੰਭਾਗ ਦੇ ਮੁਲਕੇ ਲਈ ਸਲਾਮ ਮਸ਼ਵਰੇ ਆਲਾ ਮੰਚ ਜਿਸ ਕੀ ਹਰ ਬਰੇ ਭਾਰਤੀ ਵਿਦੇਸ਼ ਮੰਤਰਾਲੇ ਇੰਡੀਆ ਫੋਰ ਡਿਸ਼ਨ ਕਨੇ ਮਿਲੀ ਆਯੋਜਿਤ ਕਰਤਾ ਹੈ ਬੰਬਈ ਹਾਈ ਕੋਰਟ ਦੇ ਮੁੱਖ ਨਿਆਇधीश ਦਿਵਿੰਦਰ ਕੁਮਾਰ ਉਪਾਧੇ ਹੋਰੇ ਸੰਸ਼ੋਧਿਤ ਸੂਚਨਾ ਪ੍ਰਧਿਓਕਿਤੀ ਦੇ ਨਿਯਮੇਂਗੀ ਚੁਣੌਤੀ ਦੇਣ ਵਾਲੀ ਯਾਚਿਕਾਏ ਦੇ ਇੱਕ ਸਮੂਹ ਪਰ ਖੰਡਿਤ ਫੈਸਲੇ ਉਪਰ ਆਪਣੀ ਰਾਏ ਦੇਣ ਲਈ ਇੱਕ ਤ੍ਰਿਏ ਜੱਜ ਦੀ ਨਿਯੁਕਤੀ ਕੀਤੀ ਹੈ ਸੰਸ਼ੋਧਿਤ ਨਿਯਮ ਨੇ ਫੈਕਟ ਚੈੱਕ ਯੂਨਿਟ ਦੇ माध्यम सरकार सकार सोशल मीडिया प्लेटफार्मे पर फर्जी खबरें की पंचान करने का हक दिता है कत्ती जनवरी की बॉम्बे कोर्ट की एक खंडपीठ ने संशोधित आईटी नियम की चुनौती देने याचिकाएं दे समूह पर खंडित फैसला सुनाया हा ਉੱਤਰਾਖੰਡ ਦੇ ਹਲਦਵਾਨੀ ਚ ਗੈਰ ਕਾਨੂੰਨੀ ਤੌਰ ਉੱਪਰ ਬਣਾਏ ਗਏ ਇੱਕ ਟਾਂਚੇ ਦੀ ਟਾਂਦੇ ਮਗਰਾ ਪ੍ਰਦਰਸ਼ਨਕਾਰੀ ਤੇ ਪ੍ਰਸ਼ਾਸਨ ਬਚਕਾਰ ਝੜਪ ਹੋਈ ਗਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ਚ ਕਰਫਿਊ ਲਾਇ ਦਿੱਤਾ ਤੇ ਕਾਨੂੰਨ ਵਿਵਸਥਾ ਬਣਾਈ ਰੱਖਣੇ ਆਸਤੇ ਬਾਦੂ ਬੱਲੇ ਦੀ ਤਨਾਤੀ ਕੀਤੀ ਗਈ ਅਧਿਕਾਰੀ ਮੁਜਬ ਨੈਨੀਤਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਮੁਕਾਮੀ ਪ੍ਰਸ਼ਾਸਨ ਦੀ ਸਾਂਝੀ ਟੀਮ ਨੇ ਨਜ਼ੂਲ ਜ਼ਮੀਨ ਉੱਪਰ ਕਾਇਮ ਗੈਰ ਕਾਨੂੰਨੀ ਟਾਂਚੇ ਦੀ ਅਟਾਇਆ ਜਿਹਦੇ ਮਗਰਾ ਇਨਸਾ ਹੋਈ ਬਈ पाकिस्तान इच संसदीय चुनाए आते वोटे दी गिनरी आला कम अज जारी है नतीजा अज आने दी मेद है संसदीय ते चार प्रांतीय विधानसभाएं प्रांय विधानसभा दे चुनाए च लगभग अठारह हजार मदवार चुनाव मैदान च संसद दे हेठले संसद नैशनल असैंबली दो सौ छियाहठ सीटें पर चुनाव करदा है जल्ले कि बादू सत्तर सीटा महिलाएं ते त अल्पसंख्यकों आरक्षित न इस दौरान मेदवार दी मौत होई गई जेरे करी ਇਕ ਸੰਸਦੀਏ ਤੇ ਤ੍ਰਹ ਪ੍ਰਾਂਤੀਏ ਵਿਧਾਨ ਸਭਾ ਖੇਤਰ ਵਿੱਚ ਚੋਣਾਂ স্থগিত ਕਰ ਦਿੱਤਾ ਗਿਆ ਦੱਖਣ ਅਫਰੀਕਾਇਚੇ ਖੇਡੇ ਜਾ ਰਹੇ ਅੰਡਰ 19 ਵਿਸ਼ਵ ਕੱਪ ਦੇ ਫਾਈਨਲ ਵਿੱਚ ਤਾਰੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਕੰਨੇ ਹੋਗ ਕੱਲ ਖੇਡੇ ਗਏ ਦੋਵੇਂ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੇ ਇੱਕ ਕਰੀਬੀ ਮੈਚ ਵਿੱਚ ਪਾਕਿਸਤਾਨ ਦੀ ਇੱਕ ਵਿਕਟ ਕੰਨੇ ਮਾਰ ਦਿੱਤੀ ਆਸਟ੍ਰੇਲੀਆ ਨੇ ਪਹਿਲੀ ਗੇਂਦਬਾਜ਼ੀ ਕਰਦੋਈ ਪਾਕਿਸਤਾਨ ਦੀ ਟੀਮ ਦੀ 48.5 ਓਵਰੇ ਚ 171 ਰਨਾਂ ਪਰ ਆਊਟ ਕਰੀ ਦਿੱਤਾ ਆਸਟ੍ਰੇਲੀਆ ਨੇ 49.1 ਓਵਰ ਵਿੱਚ 9 ਵਿਕਟ ਦੇ ਨੁਕਸਾਨ ਉੱਪਰ ਲਕਸ਼ਯ ਦੀ ਅਸਲ ਕਰ ਲੈਤਾ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਦੱਖਣ ਅਫਰੀਕਾ ਦੀ 2 ਵਿਕਟ ਕਨੇ ਹਰਾਇਆ ਹਾ ਮੁੱਖ ਮੁੱਖ ਖਬਰਾਂ ਇੱਕ ਵਾਰੀ ਫੀ ਸਰਕਾਰ ਨੇ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਤੀ ਯੋਜਨਾ ਦੀ ਸਹਿ ਯੋਜਨਾ ਤੇ ਬਖ ਬਖ ਬੈਂਡਸ ਵਿੱਚ ਦੂਰਸੰਚਾਰ ਸਪੈਕਟ੍ਰਮ ਦੀ ਨਿਲਾਮੀ ਦੀ ਮਨਜ਼ੂਰੀ ਦੇ ਦਿੱਤੀ ਹੈ ਸੰਸਦ ਨੇ ਪਾਣੀ ਦੇ ਸਨਰਖਣ ਤੇ ਪ੍ਰਦੂਸ਼ਣ ਦੇ ਨਿਯੰਤਰਣ ਸਰਬੰਧੀ ਸੰਸ਼ੋਧਨ ਬਿੱਲ ਦੀ ਪਾਸ ਕਰੀ ਬਤਾਇਆ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਉਹ ਪਰਤੀਚੇ 7ਵੇਂ ਹਿੰਦ ਮਹਾਸਾਗਰ ਸੰਮੇਲਨ ਦੇ ਉਦਘਾਟਨੀ ਇਜਲਾਸ ਦੀ ਸੰਬੋਧਨ ਕਰਦਨ ਪਾਕਿਸਤਾਨ ਵਿੱਚ ਸੰਸਦੀ ਚੋਣਾਂ ਕਿਤੇ ਵੋਟੇ ਦੀ ਗਿਣਤੀ ਅਜੇ ਚੱਲ ਰਹੀ ਹੈ ਤੇ ਅੰਡਰ 19 ਕ੍ਰਿਕਟ ਵਿਸ਼ਵ ਕੱਪ ਦੇ ਇਚ ਆਸਟ੍ਰੇਲੀਆ ਨੇ ਦੂਜੇ ਸੈਮੀਫਾਈਨਲ ਵਿੱਚ ਪਾਕਿਸਤਾਨ ਦੀ ਇੱਕ ਵਿਕਟ ਕਨੇ ਰਾਇਆ ਫਾਈਨਲ ਵਿੱਚ ਆਸਟ੍ਰੇਲੀਆ ਦਾ ਮੁਕਾਬਲਾ ਭਾਰਤ ਕਨੇ ਦੱਖਣ ਅਫਰੀਕਾ ਚਿਤਾਰੇ ਖੇਡਿਆ ਜਾਗ ਖਬਰਾਂ ਦੇ ਇਸ ਬੁਲੇਟਿਨ ਵਿੱਚ ਬਸ ਇੰਨਾ ਹੈ